जिथा जाए भई पला कई आपे भांडे साजयन आपे पूरन दे इकनी दुध समाइए एक चुल्ले रहन चढ़े एक निहाली पै सवन एक उपर रहन खड़े तिना सवारे नानका जिनको नदर करे। पातशाह धन श्री गुरु ग्रंथ साहब जी एक अटल सच्चाई नू बयान करदिआं इन्हां पावन पंक्तियां दे राहीं वड्डे परमेश्वर दीआं वड्डियां वड्याईआं नू बयान पे करदे ने। परमेश्वर दी मौज ही मनुख दा जीवन है, सो सदा उस दी रज़ा विच रहना नदर विच रहना पाओ उस दे हुक्म नू मनना सच जाने हो सतसंगी हो जीव नू परमात्मा दा हुक्म हर रंग विच मनना ही पैना क्योंकि जीव पास इन्ना जोर नहीं कि उस दे हुक्म नू टालिया जा सके। असां जोर ना ही जे किछ कर हम साकें जो पावे ते वह बख्श। गुरु सवारे हो जे मनना ही परमात्मा दे हुक्म नू है जे रहना भी उस सोहने रब दी रज़ा विच है फिर हस के क्यों ना मनीए रोया कुरलाया हालात बदल नहीं जाने सगों बद नालों बदतर हो जाने ने। मनुख दा सुभा है परमात्मा दे कीतियां ते किंतु परंतु करना ये मनमत दी मूड दी असल निशानी है। साटे कीतियां कुछ नहीं होना सच जानना मनुख दे पास केवल इको राह है। अरदास बेनती कीतियां जोदड़ी कीतियां मनुख दी गल परमात्मा दे चरणा तक अपड़ जांदी है। सतगुरां दी संपूर्ण बाणी ने जीव नूं अरदास करन दा चज दर्शाया। जदों उस दे चरणा विच जोदड़ी करिए शरदावस हो के बेनती करिए पूरे दे चरणा विच परवान हुंदी है। जे साडा वस ही कोई नहीं ते फिर पाणे नूं मिठा करके मनना ही उस पूरे दे खुशी प्राप्त करने दा जरिया है। सतगुरां दी पावन बाणी इहो गल समझाउंदी है आपे भांडे साजयन आपे पूरन दे इकनी दुध समाइए एक चुल्ले रहन चढ़े। ये सारे जीव उस परमात्मा दी काड़त है सोहणे रब दे कड़े हुए भांडे ने शरीर ने। किसे नूं बहुते सुखां नाल निवाजिया है किसे नूं दुखां दे विचों दारू लभण दी पाओ दुख दे विच नाम जपण दी प्रेरणा दे के अपने चरणां नाल जोड़न दा यतन कीता। दुख दारू सुख रोग पया जा सुख ताम ना होई तूं करता करना मैं नाहीं जा हों करी ना होई हमरा की अक्षु ना होए
ਕਰ ਹੈਰਾਮ ਹੋਏ ਹੈ ਸੋਏ। ਸਤਿਗੁਰਾਂ ਦੇ ਚਰਨਾਂ ਵਿੱਚ ਇੱਕੋ ਜੋਦੜੀ ਕਰੀਏ, ਜਿਸ ਅਵਸਥਾ ਦਾ ਜ਼ਿਕਰ ਭਗਤ ਨਾਮਦੇਵ ਜੀ ਨੇ ਕੀਤਾ, ਸੱਚ ਜਾਣਨਾ ਭਾਵੇਂ ਇਹ ਅਵਸਥਾ ਬਹੁਤ ਉਚੇਰੀ ਹੈ, ਆਮ ਦੁਨਿਆਵੀ ਬੰਦੇ ਨੂੰ ਇਸ ਅਵਸਥਾ ਦੀ ਸੋਝੀ ਨਹੀਂ, ਪਰ ਸਤਿਗੁਰਾਂ ਦੇ ਪਾਵਨ ਸਰੂਪ ਵਿੱਚ ਧਰਮ ਦੀ ਹਰ ਪੌੜੀ ਨੂੰ ਬਾਕਮਾਲ ਢੰਗ ਦੇ ਨਾਲ ਦਰਸਾਇਆ। ਇੱਥੇ ਗੁਰਮਤਿ ਦੇ ਗਾਢੀ ਰਾਹ 'ਤੇ ਤੁਰਨ ਵਾਲਿਆਂ ਦੀ ਗੱਲ ਵੀ ਕੀਤੀ, ਜਿਹੜੇ ਅਜੇ ਤੁਰਨਾ ਨਹੀਂ ਜਾਣਦੇ ਉਹਨਾਂ ਦੀ ਅਵਸਥਾ ਦਾ ਜ਼ਿਕਰ ਵੀ ਕੀਤਾ, ਅਤੇ ਸਤਿਗੁਰਾਂ ਨੇ ਉਹਨਾਂ ਦੀ ਵਡਿਆਈ ਨੂੰ ਵੀ ਦਰਸਾਇਆ ਜੋ ਮੰਜ਼ਿਲ ਦੇ ਨੇੜੇ ਅਪੜ ਗਏ। ਕੈਸੀ ਅਵਸਥਾ ਹੋਵੇਗੀ ਭਗਤ ਨਾਮਦੇਵ ਜੀ ਦੀ, ਜਿਨ੍ਹਾਂ ਨੇ ਨਾਮ ਨੂੰ ਜਪਦਿਆਂ ਪਰਮੇਸ਼ਵਰ ਦੀ ਕੀਰਤੀ ਕਰਦਿਆਂ ਇਸ ਅਵਸਥਾ ਦੀ ਗੱਲ ਕੀਤੀ, ਜਿਨ੍ਹਾਂ ਨੇ ਸੁੱਖ ਅਤੇ ਦੁੱਖ ਨੂੰ ਇੱਕੋ ਕਰਕੇ ਜਾਣਿਆ, ਜਿਵੇਂ ਸਤਿਗੁਰੂ ਨੌਵੇਂ ਪਾਤਸ਼ਾਹ ਜੀ ਦੇ ਬਚਨ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਅਰ ਪੈ ਨਹੀਂ ਜਾਕੈ, ਕੰਚਨ ਮਾਟੀ ਮਾਨੈ, ਨੈ ਨਿੰਦਿਆ ਨੈ ਉਸਤਤ ਜਾਕੈ, ਲੋਭ ਮੋਹ ਅਭਿਮਾਨਾ, ਹਰਕ ਸੋਗ 'ਤੇ ਰਹੇ ਨਿਆਰੋ, ਨਾਹੇ ਮਾਨ ਅਪਮਾਨਾ, ਆਸਾ ਮਨਸਾ ਸਗਲ ਤਿਆਗੈ, ਜਗ 'ਤੇ ਰਹੇ ਨਿਰਾਸਾ, ਕਾਮ ਕ੍ਰੋਧ ਜੈ ਪਰਸੇ ਨਾਹਿਨ ਤੈਂ ਘਟ ਬ੍ਰਹਮ ਨਿਵਾਸਾ, ਗੁਰ ਕਿਰਪਾ ਜੇ ਨਰ ਕੋ ਕੀਨੀ, ਤੈ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉਂ, ਜੋ ਪਾਨੀ ਸੰਗ ਪਾਨੀ। ਐਸੇ ਭਗਤ ਪਿਆਰੇ ਨਾਮ ਦਾ ਰਟਨ ਕਰਦਿਆਂ, ਨਾਮ ਦੀ ਕਮਾਈ ਕਰਦਿਆਂ ਉਚੇਰੀ ਅਵਸਥਾ ਨੂੰ ਮਾਣਦੇ ਨੇ, ਜਿੱਥੇ ਸੁੱਖ ਅਤੇ ਦੁੱਖ ਇੱਕੋ ਜਿਹੇ ਜਾਪਦੇ ਨੇ। ਭਗਤ ਨਾਮਦੇਵ ਜੀ ਦੇ ਮੁਬਾਰਕ ਬਚਨ, ਜੋ ਰਾਜ ਦੇਹੇ ਤਾਂ ਕਵਨ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘੱਟ ਜਾਈ। ਕੈਸੀ ਅਵਸਥਾ ਹੈ, ਆਮ ਜੀਵਨ ਜਿਉਣ ਵਾਲੇ ਮਨੁੱਖ ਨੂੰ ਸੱਚ ਜਾਣਨਾ ਇਸ ਅਵਸਥਾ ਦੀ ਜਾਣਕਾਰੀ ਨਹੀਂ, ਸੋਝੀ ਨਹੀਂ, ਕਿਉਂਕਿ ਆਮ ਜਿਹਾ ਮਨੁੱਖ ਕਿਤੇ ਸਿਰ ਪੀੜ ਵੀ ਹੋ ਜਾਵੇ ਨਾ ਤਾਂ ਪਰਮੇਸ਼ਵਰ ਨੂੰ ਗਿਲੇ ਕਰਦਾ, ਸ਼ਿਕਾਇਤਾਂ ਕਰਦਾ, ਸ਼ਿਕਵੇ ਕਰਦਾ। ਪਰਿਵਾਰ ਦੇ ਵਿੱਚ ਜਿਉਂਦਿਆਂ ਕਦੇ ਸਮਾਜਿਕ ਹਾਲਾਤ ਕੁਝ ਐਸੇ ਬਣ ਜਾਣ ਜੋ ਮਨੁੱਖ ਦੇ ਵਿਰੋਧੀ ਹੋਣ, ਮਨੁੱਖ ਬਹੁਤ ਛੇਤੀ ਘਬਰਾ ਜਾਂਦਾ, ਗੁਰੂ ਦਾ ਦਰ ਛੱਡ ਕੇ ਕੱਚਿਆਂ ਪਿੱਲਿਆਂ ਦੇ ਡੇਰਿਆਂ ਵਿੱਚ ਜਾ ਵੜਦਾ। ਕੈਸੀ ਅਵਸਥਾ ਹੋਵੇਗੀ ਭਗਤ ਪਿਆਰਿਆਂ ਦੀ, ਮਰਨੇ ਕੀ ਚਿੰਤਾ ਨਹੀਂ, ਜੀਵਨ ਕੀ ਛੱਡ ਆਸ। ਕੈਸੀ ਅਵਸਥਾ ਹੋਵੇਗੀ ਗੁਰਮੁਖਾਂ ਦੀ, ਜੇ ਪਰਮਾਤਮਾ ਰਾਜ ਦੇਵੇ ਤਾਂ ਵੀ ਉਸ ਦੀ ਵਡਿਆਈ, ਜੇ ਭੀਖ ਮੰਗਣ ਲਾ ਦੇਵੇ ਤਾਂ ਵੀ ਕੋਈ ਚਿੰਤਾ ਨਹੀਂ। ਇਹ ਹੈ ਬ੍ਰਹਮ ਗਿਆਨਤਾ ਦੀ ਅਵਸਥਾ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਸੁੱਖ ਸਨੇਹ ਅਰ ਪੈ ਨਹੀਂ ਜਾਕੇ, ਕੰਚਨ ਮਾਟੀ ਮਾਨਾ। ਇਹ ਅਵਸਥਾ ਹੈ ਮਿੱਟੀ ਨੂੰ ਸੋਨਾ ਅਤੇ ਸੋਨੇ ਨੂੰ ਮਿੱਟੀ ਕਰ ਜਾਣਨ ਦੀ, ਕੰਚਨ ਮਾਟੀ ਮਾਨਾ। ਜੋ ਰਾਜ ਦੇ ਤਾਂ ਕੌਣ ਵਡਾਈ, ਜੋ ਭੀਖ ਮੰਗਾਵੇ ਤਾਂ ਕਿਆ ਘਟ ਜਾਈ। ਉਸ ਪਰਮੇਸ਼ਵਰ ਦੀ ਰਜ਼ਾ ਨੂੰ ਹੀ ਸਭ ਕੁਛ ਮੰਨ ਲੈਣਾ, ਉਸ ਸੋਹਣੇ ਰੱਬ ਦੇ ਹੁਕਮ ਨੂੰ ਮਿੱਠਾ ਕਰਕੇ ਮੰਨਣਾ। ਤੇਰਾ ਕੀ ਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗ। ਜੇ ਉੱਪਰ ਚੰਦੋਏ ਤਣੇ ਨੇ, ਸੀਸ ਅਤੇ ਚਵਰ ਦੀ ਸੇਵਾ ਹੋ ਰਹੀ ਏ, ਮਖਮਲੀ ਬਿਸਤਰੇ ਵਿਛੇ ਨੇ, ਸੰਗਤਾਂ ਦੂਰ ਦੁਰਾਡਿਓਂ ਆ ਕੇ ਗੁਰੂ ਚਰਨਾਂ ਵਿੱਚ ਨਮਸਕਾਰ ਕਰਦੀਆਂ ਨੇ, ਆਪਣੀਆਂ ਬੇਸ਼ਕੀਮਤੀ ਭੇਟਾਵਾਂ ਅਰਪਣ ਕਰਦੀਆਂ ਨੇ, ਤਾਂ ਵੀ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮੌਜ ਵਿੱਚ ਨੇ, ਪਰਮੇਸ਼ਵਰ ਦੀ ਯਾਦ ਵਿੱਚ ਟਿਕੇ ਹੋਏ ਨੇ। ਅਤੇ ਜੇ ਸਮਾਂ ਬਣਿਆ ਤੱਤੀ ਤਵੀ 'ਤੇ ਆਸਣ ਵਿਛਾਉਣਾ ਪਿਆ, ਸੀਸ 'ਤੇ ਤੱਤਾ ਰੇਤਾ ਪੈ ਰਿਹਾ,
ਤਾਂ ਵੀ ਸੱਚੇ ਪਾਤਸ਼ਾਹ ਆਨੰਦ ਵਿੱਚ ਨੇ। ਗੁਰੂ ਅਰਜਨ ਦੇਵ ਜੀ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ, ਪਰ ਸਤਿਗੁਰਾਂ ਨੇ ਜੋ ਜੀਵਨ ਜਾਚ ਗੁਰਮੁਖਾਂ ਨੂੰ ਦਰਸਾਈ ਹੈ, ਉਹ ਮਾਰਗ, ਉਹ ਕਾਲ ਕਮਾਈ ਪਰਮਾਤਮਾ ਦੀ ਨੇੜਤਾ ਦਾ ਸੰਕੇਤ ਹੈ। ਪਰ ਇਹ ਅਵਸਥਾ ਪ੍ਰਗਟ ਕਿਵੇਂ ਹੋਵੇ, ਇਸ ਅਵਸਥਾ ਦਾ ਆਨੰਦ ਕਿਵੇਂ ਮਾਣਿਆ ਜਾਵੇ, ਭਗਤ ਨਾਮਦੇਵ ਜੀ ਦੀ ਇਸ ਪੰਕਤੀ ਤੋਂ ਪ੍ਰਗਟ ਹੁੰਦਾ। ਤੂੰ ਹਰ ਭਜ ਮਨ ਮੇਰੇ ਪਦ ਨਿਰਵਾਣ, ਬਹੁਰ ਨਾ ਹੋਏ ਤੇਰਾ ਆਵਨ ਜਾਣ। ਪਰਮਾਤਮਾ ਦਾ ਨਾਮ ਚਿਤਵਿਆਂ, ਪਰਮੇਸ਼ਵਰ ਦੀ ਭਗਤੀ ਕੀਤਿਆਂ, ਮਾਲਕ ਦੇ ਹੁਕਮ ਦੀ ਮੌਜ ਦਾ ਆਨੰਦ ਮਾਣਿਆ, ਇਹ ਅਵਸਥਾ ਪ੍ਰਾਪਤ ਹੁੰਦੀ ਹੈ। ਬਹੁਤੀ ਮਨੁੱਖਤਾ ਸੱਚ ਜਾਣਨਾ ਰੱਬ ਨਾਲ ਵੀ ਗਿਲੇ ਗੁਸ਼ਾਰੇ ਹੀ ਕਰਦੀ ਰਹਿੰਦੀ। ਆਮ ਮਨੁੱਖ ਦਾ ਸੁਭਾਅ ਹੈ, ਜੇ ਕੁਝ ਬਹੁਤੀ ਪ੍ਰਾਪਤੀ ਹੋ ਜਾਵੇ, ਖੁਸ਼ੀਆਂ ਖੇੜਿਆਂ ਵਿੱਚ ਖੱਚਤ ਹੋ ਜਾਣਾ, ਅਤੇ ਜੇ ਕੁਝ ਘਾਟਾ ਹੋ ਜਾਵੇ ਤਾਂ ਟੈ ਢੇਰੀ ਹੋ ਜਾਣਾ। ਇਹ ਗੁਰਮਤ ਦੀ ਪੜ੍ਹਾਈ ਨਹੀਂ, ਸਿੱਖਿਆ ਨਹੀਂ। ਗੁਰਮਤ ਦੀ ਪੜ੍ਹਾਈ ਤਾਂ ਇਹੋ ਮਾਰਗ ਦਰਸਾਉਂਦੀ ਹੈ, ਸੁੱਖ ਦੁੱਖ ਦੋਨੋਂ ਸਮ ਕਰ ਜਾਣਾ ਔਰ ਮਾਨ ਅਪਮਾਨਾ, ਸੁੱਖ ਵਿੱਚ ਵੀ ਖੇੜਾ ਅਤੇ ਦੁੱਖ ਵਿੱਚ ਵੀ ਢਹਿ ਢੇੜੀ ਨਹੀਂ ਹੋਣਾ। ਸਤਿਗੁਰਾਂ ਨੇ ਦਸਾਂ ਜਾਮਿਆਂ ਦੇ ਵਿੱਚ ਇਹ ਕਲਾ ਵਰਤਾਈ। ਜੇ ਸੱਚੇ ਪਾਤਸ਼ਾਹ ਸਮੇਂ ਦੀ ਹਕੂਮਤ ਦੇ ਆਸ਼ੇ ਅਨੁਸਾਰ, ਭਾਵੇਂ ਆਪ ਗੁਰੂ ਸਾਹਿਬ ਸਰਬ ਕਲਾ ਸਮਰੱਥ ਨੇ, ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ ਕੈਦ ਕੀਤਾ, ਤਾਂ ਵੀ ਆਨੰਦ ਵਿੱਚ ਨੇ। ਅਤੇ ਜੇ ਸ੍ਰੀ ਅਕਾਲ ਤਖਤ ਸਾਹਿਬ ਸਿਰ ਸ਼ਾਹਾਂ ਪਾਤਸ਼ਾਹ ਨੇ ਚਲ ਚੌਰ ਛੱਤ, ਆਪ ਪਾਤਸ਼ਾਹਾਂ ਦੇ ਪਾਤਸ਼ਾਹ ਬਣ ਬੈਠੇ ਨੇ, ਸਿਰ 'ਤੇ ਚਵਰ ਹੋ ਰਹੀ ਹੈ, ਸੰਗਤਾਂ ਨਤਮਸਤਕ ਹੋ ਰਹੀਆਂ ਨੇ, ਤਾਂ ਵੀ ਖੇੜੇ ਵਿੱਚ ਨੇ। ਖਾਲਸੇ ਦੇ ਇਸ ਸਰੂਪ ਨੂੰ ਕਲਗੀਧਰ ਪਾਤਸ਼ਾਹ ਨੇ ਬਿਆਨ ਕਰਦਿਆਂ ਖਾਲਸੇ ਦੇ ਸੁਭਾਅ ਬਾਰੇ ਜਾਣਕਾਰੀ ਦਿੱਤੀ। ਖਾਲਸਾ ਕੌਣ ਹੈ? ਖਾਲਸਾ ਸੋਏ ਨਿਰਧਨ ਕੋ ਪਾਲੈ, ਖਾਲਸਾ ਸੋਏ ਦੁਸ਼ਟ ਕੋ ਗਾਲੈ। ਨਿਰਧਨ, ਲੋੜਵੰਦ, ਗਰੀਬ, ਖਾਲਸੇ ਦਾ ਸੁਭਾਅ ਕੈਸਾ ਦਰਸਾਇਆ? ਕਿਸੇ ਲੋੜਵੰਦ ਦੀ ਸਹਾਇਤਾ ਕਰਨੀ, ਆਪ ਮਦਦ ਦਾ ਹੱਥ ਵਧਾ ਕੇ ਕਿਸੇ ਡਿੱਗੇ ਹੋਏ ਦੀ ਬਾਂਹ ਫੜਨੀ, ਰੱਬ ਦਾ ਵੀ ਇਹੋ ਸੁਭਾਅ ਹੈ। ਸੱਚੇ ਪਾਤਸ਼ਾਹ ਜੀ ਨੇ ਇਸ ਕੁਦਰਤ ਦੇ ਵਿੱਚ ਭਾਂਤ ਭਾਂਤ ਦੀ ਸ੍ਰਿਸ਼ਟੀ ਰਚਨਾ ਕੀਤੀ ਹੈ। ਰਾਜਾ ਸ੍ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉਂਚੇਰੀ। ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਵੱਸੈ। ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੈ। ਵੇਖੋ, ਇਸ ਸ੍ਰਿਸ਼ਟੀ ਦੇ ਵਿੱਚ ਪਰਮਾਤਮਾ ਨੇ ਕੁਦਰਤ ਦੇ ਕੈਸੇ ਕੈਸੇ ਰੰਗ ਪ੍ਰਗਟ ਕੀਤੇ ਨੇ। ਭਗਤ ਕਬੀਰ ਜੀ ਦੇ ਇਹ ਪਾਵਨ ਬਚਨ ਗੁਰਬਾਣੀ ਦੇ ਪਾਵਨ ਸਰੂਪ ਵਿੱਚ ਦਰਜ ਨੇ। ਉਸ ਪਰਮਾਤਮਾ ਦੀ, ਬਾਦਸ਼ਾਹਾਂ ਦੇ ਬਾਦਸ਼ਾਹ ਦੀ ਕੋਈ ਗਤ ਮਿਤ ਨਹੀਂ ਜਾਣ ਸਕਿਆ, ਕੋਈ ਅੰਤ ਨਹੀਂ ਪਾ ਸਕਿਆ। ਅਸਾਂ ਤਾਂ ਕੇਵਲ ਉਸ ਦੇ ਹੁਕਮ ਨੂੰ ਮੰਨਦਿਆਂ ਹੋਇਆਂ, ਬਖਸ਼ਿਆਂ ਦੀ ਸੰਗਤ ਵਿੱਚੋਂ ਐਸੇ ਗੁਣ ਸਾਗਰ, ਮੇਰੇ ਪ੍ਰਭੂ ਮੋਹਨ ਪਿਆਰੇ,
ਉਹਨਾਂ ਦੀ ਨਾਮ ਦੀ ਕਮਾਈ ਨੂੰ ਕਰਦਿਆਂ ਨੇੜਤਾ ਨੂੰ ਅਨੁਭਵ ਕਰਨਾ। ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋਂ ਚੇਰੀ। ਬਖਸ਼ਿਆਂ ਦੀ ਸੰਗਤ ਕਰਕੇ, ਬਖਸ਼ਿਆਂ ਦੀ ਚਰਨ ਧੂੜ ਮਸਤਕ 'ਤੇ ਲਾ ਕੇ, ਪਰਮੇਸ਼ਵਰ ਦੇ ਦਰ ਘਰ ਦੀ ਖੁਸ਼ੀ ਦਾ ਪਾਤਰ ਬਣਿਆ ਜਾ ਸਕੇ। ਖਿੰਨ ਪਲ ਦੇ ਵਿੱਚ ਵਸਦਿਆਂ ਹੋਇਆਂ ਨੂੰ ਉਜਾੜ ਦੇਣ ਵਾਲਾ ਅਤੇ ਉਜੜਿਆਂ ਹੋਇਆਂ ਨੂੰ ਵਸਾਉਣ ਵਾਲਾ, ਐਸਾ ਪਰਮਾਤਮਾ ਦਾ ਸੁਭਾਅ। ਕਦੋਂ ਜਲ ਤੋਂ ਥਲ ਕਰ ਦੇਵੇ ਅਤੇ ਕਦੋਂ ਧਰਤੀ ਨੂੰ ਜਲ ਦੇ ਨਾਲ ਭਰਪੂਰ ਕਰਕੇ ਹਰ ਪਾਸੇ ਵਕਤ ਨੂੰ ਬਦਲ ਕੇ ਸਮੇਂ ਨੂੰ ਬਦਲ ਦੇਵੇ। ਜਲ 'ਤੇ ਥਲ ਕਰ, ਥਲ 'ਤੇ ਕੂਆ, ਕੂਪ 'ਤੇ ਮੇਰ ਕਰਾਵੇ। ਖੂਹ ਨੂੰ ਕਦੋਂ ਪਰਬਤ ਦਾ ਰੂਪ ਦੇ ਦੇਵੇ, ਥਲ ਨੂੰ ਕਦੋਂ ਜਲ ਦੇ ਸਰੂਪ ਵਿੱਚ ਬਦਲ ਦੇਵੇ। ਧਰਤੀ 'ਤੇ ਆਕਾਸ਼ ਚੜਾਵੇ, ਚੜ੍ਹੇ ਆਕਾਸ਼ ਗਿਰਾਵੇ। ਭਿਖਾਰੀ 'ਤੇ ਰਾਜ ਕਰਾਵੇ, ਰਾਜਾ 'ਤੇ ਭਿਖਾਰੀ। ਖਲ ਮੂਰਖ 'ਤੇ ਪੰਡਿਤ ਕਰਬੋ, ਪੰਡਿਤ 'ਤੇ ਮੁਗਧਾਰੀ। ਨਾਰੀ 'ਤੇ ਜੋ ਪੁਰਖ ਕਰਾਵੇ, ਪੁਰਖਨ 'ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਰੱਬ ਦੇ ਰੰਗ ਢੰਗ ਬਿਆਨ ਕਰਦਿਆਂ, ਪਰਮੇਸ਼ਵਰ ਦੇ ਸੁਭਾਅ ਨੂੰ ਬਿਆਨ ਕਰਦਿਆਂ, ਅਖੀਰ ਭਗਤ ਕਬੀਰ ਜੀ ਵੀ ਫਰਮਾਉਂਦੇ ਨੇ, ਉਸ ਪਰਮੇਸ਼ਵਰ ਦੇ ਰੰਗ ਕੋਈ ਨਹੀਂ ਜਾਣ ਸਕਦਾ। ਆਪਣੀ ਲੋਰ ਦੇ ਵਿੱਚ ਇਸ ਕੁਦਰਤ ਦੀ ਸਿਰਜਣਾ ਨੂੰ ਕਰਕੇ ਕਿਵੇਂ ਵਰਤ ਰਿਹਾ, ਕੀ ਪਿਆ ਕਰਦਾ, ਭਲਾ ਕੌਣ ਜਾਣੇ। ਗੁਰਮੁਖ ਤਾਂ ਕੇਵਲ ਉਸ ਦੇ ਚਰਨਾਂ ਤੋਂ ਕੁਰਬਾਨ ਜਾਂਦੇ ਨੇ। ਅੱਜ ਸਾਇੰਸ ਨੇ ਇੰਨੀ ਕੁ ਤਰੱਕੀ ਕਰ ਲਈ ਕਿ ਮਨੁੱਖ ਆਪਣੇ ਸਰੀਰ ਦੇ ਅੰਗ ਆਪਣੀ ਮਰਜ਼ੀ ਨਾਲ ਬਦਲਵਾ ਸਕਦਾ। ਅਜੋਕੇ ਸਮੇਂ ਵਿੱਚ ਇਹ ਕੋਈ ਬਹੁਤ ਵੱਡੀ ਬਾਤ ਨਹੀਂ, ਪਰ ਅੱਜ ਤੋਂ ਲਗਭਗ 600 ਵਰੇ ਪਹਿਲਾਂ ਭਗਤ ਕਬੀਰ ਜੀ ਦੇ ਮੁਖਾਰ ਬਿੰਦ ਤੋਂ ਉਚਾਰਨ ਹੋਏ ਇਹ ਬਚਨ ਇਸ ਗੱਲ ਨੂੰ ਚੁਣੌਤੀ ਦਿੰਦੇ ਨੇ। ਸਾਇੰਸ ਦੀ ਇਹ ਕਾਢ ਕੋਈ ਵੱਡੀ ਗੱਲ ਨਹੀਂ। ਲਗਭਗ 600 ਵਰੇ ਪਹਿਲਾਂ ਭਗਤ ਕਬੀਰ ਜੀ ਨੇ ਇਹ ਬਚਨ ਫਰਮਾਇਆ ਸੀ, ਨਾਰੀ 'ਤੇ ਜੋ ਪੁਰਖ ਕਰਾਵੇ, ਪੁਰਖਨ 'ਤੇ ਜੋ ਨਾਰੀ। ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਪਰਮੇਸ਼ਵਰ ਤਾਂ ਆਦਿ ਕਾਲ ਤੋਂ ਕਿਸੇ ਵੀ ਕੰਮ ਨੂੰ ਕਦੋਂ ਵੀ ਕਿਸੇ ਨਾਲ ਵੀ ਵਰਤਾ ਸਕਦਾ। ਇਹ ਕੋਈ ਬਹੁਤ ਵੱਡੀ ਬਾਤ ਨਹੀਂ। ਸਾਇੰਸ ਭਾਵੇਂ ਅੱਜ ਦਾਅਵਾ ਕਰ ਰਹੀ ਹੈ, ਪਰ ਮਾਫ਼ ਕਰਨਾ, ਜਿੱਥੇ ਸਾਇੰਸ ਦੀ ਸਿਆਣਪ ਆਣ ਮੁੱਕਦੀ ਏ, ਉੱਥੋਂ ਗੁਰੂ ਘਰ ਦੇ ਬਖਸ਼ਿਆਂ ਦੀ ਸਿਆਣਪ ਆਰੰਭ ਹੁੰਦੀ ਹੈ। ਦੁਨੀਆ ਦੀ ਸਿਆਣਪ ਜਿੱਥੇ ਖਤਮ ਹੋ ਜਾਂਦੀ ਏ, ਰੱਬ ਦੇ ਘਰ ਦੀ ਸਿਆਣਪ ਉੱਥੋਂ ਆਰੰਭ ਹੁੰਦੀ ਹੈ। ਇਸ ਲਈ ਪਰਮਾਤਮਾ ਦੇ ਸੁਭਾਅ ਦਾ ਕੋਈ ਟਾਕਰਾ ਨਹੀਂ ਕਰ ਸਕਦਾ, ਕੋਈ ਸਮਝ ਨਹੀਂ ਸਕਦਾ। ਜੇ ਪਰਮਾਤਮਾ ਨੇ ਬਖਸ਼ਿਸ਼ ਕਰਕੇ ਧਨ ਧਾਮ ਨਾਲ ਭਰਪੂਰ ਕੀਤਾ ਨਾ, ਮਾਣ ਨਾ ਕਰੀਏ, ਹੰਕਾਰ ਨਾ ਕਰੀਏ। ਉਸ ਦੀ ਭੈ ਭਾਵਨੀ ਵਿੱਚ ਰਹਿਣਾ ਹੀ ਗੁਰਮਤ ਹੈ। ਪਤਾ ਨਹੀਂ ਅਗਲਾ ਪਲ ਕੈਸਾ ਆਉਣਾ। ਕਈ ਵਾਰ ਇੱਕ ਬੇਨਤੀ ਕਰਦਾ ਹੁੰਦਾ, ਚੋਪੜੀਆਂ ਛੱਕਣ ਵਾਲਿਓ, ਉਹਨਾਂ ਵੱਲ ਨਿਗਾਹ ਜ਼ਰੂਰ ਮਾਰਿਓ ਜੋ ਅਜੇ ਲੂਣੀ ਮਿੱਸੀ ਦੀ ਭਾਲ ਵਿੱਚ ਨੇ। ਬਚਨ ਗਹਿਰਾ, ਕਿਤੇ ਸਾਡੇ ਪੱਲੇ ਪੈ ਜਾਵੇ। ਚੋਪੜੀਆਂ ਛੱਕਣ ਦਾ ਬਹੁਤਾ ਮਾਣ ਨਹੀਂ ਕਰਨਾ, ਕਿਉਂਕਿ ਚੋਪੜੀਆਂ ਛੱਕਣ ਵਾਲੇ ਵੀ ਸਦਾ ਸੁਖੀ ਨਹੀਂ ਰਹਿੰਦੇ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਧੀ ਚੋਪੜੀ ਘਣੇ ਸਹਿਣਗੇ ਦੁੱਖ।
इस संसार दे विच चार प्रकार दे मनुख नजरी आउंदे ने। पहले ने मजदूर जो दसां नौवां दी किरत करदे ने, काल कमाई करके मरसां प्रशादे दा प्रबंध हुंदा है। जदों असी मजदूर लफज़ पढ़ते हाँ ना, कई वार अखां दे सामने सड़क दे कंडे बैठा हथौड़े दे सट नाल पत्थर तोड़न वाला एक गरीबड़ा जिहा मनुख अखां सामने आ खलोंदा है। हड तोड़वी मेहनत करन वाला मजदूर सामने आ खलोंदा है, पर सच जानना असी सारे ही मजदूर हाँ। किसे नूं कड़कदी धुप दे विच सड़क दे कंडे हाथ विच हथौड़ा फड़ा के रब ने खिलार दिता, किसे नूं हाथ विच लैपटॉप दे के एसी कमरे विच बिठा दिता, है सारे मजदूर। अपना प्रशादा पानी कमाउण दे लई हर एक मनुख पिया मेहनत करदा। एक हुंदे ने मजदूर, दूजे ने मजबूर। मजबूर केवल गरीब इंसान नहीं, इन्हां अखां ने अरब पतियां नूं भी मजबूर होंदिया वेख्या। एक उदाहरण दिया, एक मजदूर जो सारा दिन हड तोड़वी मेहनत करता है, सारा दिन मजदूरी करके मसां को आटे का प्रबंध होंदा है। अज इन्नी मजदूरी नहीं हुई कि सब्जी का प्रबंध हो सके, घर पहुँचदा, घर वाली प्रशादा पकाउंदी है, प्रशादे ते लून पा के पति परमेश्वर नूं छकण लई देंदी है। एक मजदूर हाथ विच प्रशादा फड़ के सोचदा है, अज सलूणे का प्रबंध नहीं होया, सब्जी का प्रबंध नहीं होया, किदे नाल खावां। मजबूर। ते दूजे पासे एक अरबपति मनुख जो सुंदर महलों में रहिंदा है, 36 प्रकार के भोजन डाइनिंग टेबल ते सजे ने, ना पुत्र ना धी ना पोतरे ना दोतरे, 36 प्रकार के भोजन लगे ने, सोचदा किदे नाल खावां, नाल बैठ के खाण वाला कोई नहीं, मजबूर। तीजे ने मशहूर, आपो अपनी फील्ड दे विच गुरु की कृपा दे नाल बख्शिश दे नाल जे कोई बंदा तरक्की कर लवे, मशहूर होण विच बहुत समा नहीं लगता। भावें इंडस्ट्री की फील्ड होवे, बिजनेस का खेतर होवे, भावें कोई धार्मिक सेवा की गल होवे, संसार दे विच बहुते मनुख मशहूर होए ने। ये भी परमात्मा की खेड है। मजदूर, मजबूर ते मशहूर, ख्याल रखियो चौथी कैटेगरी विच असां कदे नहीं आउणा। चौथी कैटेगरी है मगरूर। परमात्मा ने कोई गुण दे के इस संसार दे विच कलिया है, जे मनुख नूं निवाजिया है, कोई चंगा कीर्तनी आ, सुचज्जा कथावाचक, उच्चे अहुदे ते विराजमान कोई चौधरी, जां तन माल वालों भरपूर कोई सेठ, अरबपति, करोड़पति, कोई चंगा डॉक्टर, चंगा वकील, सुचज्जा इंजीनियर, ये सब दाता परमात्मा दियां बख्शिश कीतियां होईयां ने, कदे इन्हां दा माण ना करिए। कुदरत ने हर एक मनुख नूं किसे ना किसे गुण नाल निवाजिया है। इस गुण नूं परमात्मा दा जाणीए, अपना ना समझिए, क्योंकि जदों इस गुण नूं अपना समझ लवांगे, मगरूर हो जावांगे, हंकारी हो जावांगे, सच जानना गुण नूं कौन लगदियां भी बहुता समा नहीं जे लगता। अनाज जिन्ना बेशकीमती होवे
ਜੇ ਕੁਣ ਲੱਗ ਜਾਏ ਖਾਣ ਜੋਗਾ ਨਹੀਂ ਰਹਿੰਦਾ। ਸੋ ਆਪਣੇ ਆਪ ਨੂੰ ਚੈੱਕ ਕਰੀਏ ਕਿਹੜੀ ਕੈਟੇਗਰੀ ਵਿੱਚ ਆਉਂਦੇ ਹਾਂ, ਮਜ਼ਦੂਰ, ਮਜ਼ਬੂਰ, ਮਸ਼ਹੂਰ ਜਾਂ ਮਗਰੂਰ। ਜਿੱਥੇ ਜਾਏ ਬਈ ਪਲਾ